ਕਹਿ ਗਿਆ ਉਹਨਾਂ ਨੇ ਸਿਰਫ ਟੀਵੀ ਜਾਂ ਅਖਬਾਰਾਂ ਦੀ ਵੀ ਚਰਾਸੀ ਦਿੱਤੀ ਹੈ, ਪਰ ਜਿਸ ਵਕਤ ਚਰਾਸੀ ਦਾ ਘੱਲੂ ਘਰ ਆਇਆ ਉਸ ਤੋਂ ਬਾਅਦ ਜਿਹੜਾ ਸਾਹਿਬ ਦਾ 2 ਅਕਤੂਬਰ ਦੇ ਪੁੱਜਣ ਦੀ ਆਸ ਨੂੰ ਮੈਂ ਆਪ ਦਰਬਾਰ ਸਾਹਿਬ ਦੇ ਵਿੱਚ ਫਿਰ ਕੇ ਆਪ ਦੇਖੀ। ਉਸ ਘੱਲੂ ਘਰ ਦਾ ਇੱਕ ਸੀਨ ਇਹੋ ਜਿਹਾ ਮੇਰੇ ਜਿਹਨ ਦੇ ਵਿੱਚ ਸੀਗਾ ਜਿਹਦਾ ਇੱਕ ਮੈਂ ਗੀਤ ਲਿਖਿਆ ਬਾਅਦ ਵਿੱਚ। ਇੱਕ ਛੋਟਾ ਜਿਹਾ ਬੱਚਾ ਆਪਣੇ ਪਰਿਵਾਰ ਦੇ ਪਿੱਛੇ ਜਿੱਦ ਕਰਦਾ ਕਿ ਮਾਂ ਮੈਂ ਵੀ ਮੇਲੇ ਦੇ ਵਿੱਚ ਜਾਂ। ਮੇਲੇ ਦੇ ਵਿੱਚ ਜਾਂਦਿਆਂ ਜਾਂਦਿਆਂ ਉੱਥੇ ਹਿੰਦੁਸਤਾਨੀ ਫੋਰਸਾਂ ਦਾ ਘੇਰਾ ਪੈ ਜਾਂਦਾ ਅਤੇ ਉਹ ਪਰਿਵਾਰ ਘਿਰ ਜਾਂਦਾ। ਔਰ ਉਸ ਬੱਚੇ ਦੀ ਆਖਰੀ ਅਰਦਾਸ ਹੈ ਕਿ ਉਸਨੇ ਅਰਦਾਸ ਕਿਵੇਂ ਕੀਤੀ ਆ। ਉਹ ਬੱਚਾ ਇੱਕ ਐਸੇ ਕਮਰੇ ਦੇ ਵਿੱਚ ਖੜ੍ਹਾ ਜਿੱਥੇ ਕੋਈ ਨਾ ਕੋਈ ਮਸ਼ੀਨ ਗਨ, ਨਾ ਕੋਈ ਬੰਬ, ਨਾ ਕੋਈ ਹੋਰ, ਸਿਰਫ ਮਾਵਾਂ ਨੇ ਬੱਚੇ ਡਕੋਤੇ ਆਪ ਬਾਹਰ ਰਹਿ ਗਈਆਂ। ਔਰ ਉਹ ਬੱਚਾ ਉਸ ਕਮਰੇ ਦੇ ਵਿੱਚ ਜਿੱਥੇ ਹੈਂਡ ਗ੍ਰਨੇਡ ਸਿੱਟ ਦਿੱਤਾ ਫੌਜੀਆਂ ਨੇ, ਉਹ ਹੈਂਡ ਗ੍ਰਨੇਡ ਦੇ ਵਿੱਚ ਜ਼ਖਮੀ ਹੋਇਆ। ਉਹਦੀ ਆਖਰੀ ਅਰਦਾਸ ਹੈ, ਬੌੜੀ 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 ਬਾਜਾਂ ਵਾਲਿਆ ਮੋੜੀਆਂ ਯਖੀਆਂ। ਹੱਥ ਭੰਨ ਦਾ ਅਰਦਾਸ ਕਰਦਾ ਇੱਕ ਲੱਤ ਖੜ ਕੇ, ਦਿੱਲੀ ਦਰਬਾਰ ਦੀਆਂ ਹਰ ਮੰਦਰਾਂ ਤੇ ਆਈਆਂ ਫੌਜਾਂ ਚੜਕ। ਹੱਥ ਭੰਨ ਦਾ ਅਰਦਾਸ ਕਰਦਾ ਇੱਕ ਲੱਤ ਖੜ ਕੇ, ਦਿੱਲੀ ਦਰਬਾਰ ਦੀਆਂ ਹਰ ਮੰਦਰਾਂ ਤੇ ਆਈਆਂ ਫੌਜਾਂ ਚੜ ਕੇ, ਤੁਹਾਡੇ ਵਾਜੋਂ ਵਸੋ ਕੌਣ ਦੇਊਗਾ ਦਿਲਾਸ ਦਿਲ ਦਿਲਗੀਰ ਨੂੰ, ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ, ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ, ਆਈ ਖੀਰ ਨੂੰ ਸਹਿਮਾ ਆਈ ਖੀਰੀ ਨੂੰ। ਮਾਪਿਆਂ ਦੇ ਪੱਲੂ ਥੱਲੇ ਮੋਜਾਂ ਮਾਣੀਆਂ, ਸਦਾ ਛਾਵੇਂ ਖੇਲੇ ਸੀ ਤੁਰਦੇ ਆ ਮਗਰ ਜਿਦਾਂ ਕਰ ਕਰਕੇ ਜੀ ਕਰੋਂ ਆਏ ਮੇਲੇ ਸੀ, ਤੁਰਦੇ ਆ ਮਗਰ ਜਿਦਾਂ ਕਰ ਕਰਕੇ ਕਰੋਂ ਆਏ ਮੇਲੇ ਸੀ, ਵਿਦਨਾ ਦੀ ਲਿਖੀ ਕੌਣ ਮੇਟ ਸਕਦਾ ਜੀ ਮੱਥੇ ਦੀ ਲਕੀਰ, ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ, ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ, ਆਈ ਖੀਰ ਨੂੰ ਸਵਾ ਆਈ ਖੀਰ ਨੂੰ। ਵਿੱਚ ਪੁਰਕਾਰ ਮਾਂ ਦੇ ਟਿੰਕ ਕੁੱਕ ਦੇ ਵੱਖ ਤੀਰ ਬੰਦੀ ਜੀ, ਵਿੱਚ ਪੁਰਕਾਰ ਮਾਂ ਦੇ ਟਿੰਕ ਕੁੱਕ ਦੇ ਵੱਖ ਤੀਰ ਬੰਦੀ ਜੀ, ਸਿੰਘਾਂ ਹੱਥੀ ਭਾਵੇਂ ਕਰਨਾ ਹੈ ਨੀ ਛੋਟੀਆਂ ਨੇ ਹੌਸਲੇ ਬੁਲੰਦ ਜੀ, ਸਿੰਘਾਂ ਹੱਥੀ ਭਾਵੇਂ ਕਰਨਾ ਹੈ ਨੀ ਛੋਟੀਆਂ ਨੇ ਹੌਸਲੇ ਬੁਲੰਦ ਜੀ, ਸੈਦ ਖਾਨ ਨੂੰ ਹਿੰਮਤਾਂ ਵਿਖਾਉਣ ਵਾਲੜੇ ਜੀ ਆ ਕੇ ਛੱਡੋ ਤੀਰ ਨੂੰ, ਸੈਦ ਖਾਨ ਨੂੰ ਹਿੰਮਤਾਂ ਵਿਖਾਉਣ ਵਾਲੜੇ ਜੀ ਆ ਕੇ ਛੱਡੋ ਤੀਰ ਨੂੰ, ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ, ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ, ਆਈ ਖੀਰ ਨੂੰ ਸਵਾਈ ਖੀਰ ਨੂੰ। ਕੋਈ ਪਰਕਾਰ ਮਾਂ ਦੇ ਵਿੱਚ ਬਾਪ ਨੂੰ ਜੀ ਹਥਿਆਰ ਦੇ ਗਿਆ, ਕੋਈ ਪਰਕਾਰ ਮਾਂ ਦੇ ਵਿੱਚ ਬਾਪ ਨੂੰ ਜੀ ਹਥਿਆਰ ਦੇ ਗਿਆ, ਗੁਰ ਧਾਮ ਸਾਡੇ ਹੁਣ ਸੀਸ ਮੰਗਦੇ ਇੰਜ ਕਹਿ ਕੇ ਸੀ ਲਿਆ, ਗੁਰ ਧਾਮ ਸਾਡੇ ਹੁਣ ਸੀਸ ਮੰਗਦੇ ਇੰਜ ਕਹਿ ਕੇ ਸੀ ਲਿਆ, ਚਾਰਨੀ ਨਿਵਾਸ ਦੇਣਾ ਸੱਚੇ ਪਾਤਸ਼ਾਹ ਜੀ ਉਸ ਸੂਰਵੀਰ ਨੂੰ, ਚਾਰਨੀ ਨਿਵਾਸ ਦੇਣਾ ਸੱਚੇ ਪਾਤਸ਼ਾਹ ਜੀ ਉਸ ਸੂਰਵੀਰ ਨੂੰ,
ਬੌੜੀ 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 ਵਾਜਾ ਵਾਲਿਆ ਮੋੜੀ ਆਈ ਖੀਰ ਨੂੰ ਬੌੜੀ 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 ਵਾਜਾ ਵਾਲਿਆ ਮੋੜੀ ਆਈ ਖੀਰ ਨੂੰ ਆਈ ਖੀਰ ਨੂੰ ਖੁੱਲ ਗਈ ਹੈ ਕੇਸ ਕੀਤੇ ਵਾਲ ਖਿੰਡ ਗਏ ਜੀ ਅੰਮੀ ਖਾ ਗਈ ਲੋਟਣੀ ਖੁੱਲ ਗਈ ਹੈ ਕੇਸ ਕੀਤੇ ਵਾਲ ਖਿੰਡ ਗਏ ਅੰਮੀ ਖਾ ਗਈ ਲੋਟਣੀ ਬਾਲ ਦੇ ਬਰਾਸਤਾਂ ਦੇ ਅੱਗੇ ਹਾਰ ਗਈ ਉਹਦੀ ਜਿੰਦੇ ਉੱਟਣੀ ਬਾਲ ਦੇ ਬਰਾਸਤਾਂ ਦੇ ਅੱਗੇ ਹਾਰ ਗਈ ਉਹਦੀ ਜਿੰਦੇ ਉੱਟਣੀ ਅੱਖਾਂ ਬਾਹਰ ਤੱਕ ਸਾਨੂੰ ਬੇਵਸ ਉਹ ਛੱਡ ਗਈ ਸਰੀਰ ਨੂੰ ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ ਆਈ ਖੀਰ ਨੂੰ ਸਭ ਆਈ ਖੀਰ ਨੂੰ ਮੋਹ ਭਿੱਜੇ ਨੈਣਾ ਨਾਲ ਤੱਕ ਸਾਨੂੰ ਜਾਂ ਪਾਣੀ ਲੈਣ ਤੁਰੇ ਆ ਮੋਹ ਭਿੱਜੇ ਨੈਣਾ ਨਾਲ ਤੱਕ ਸਾਨੂੰ ਜਾਂ ਪਾਣੀ ਲੈਣ ਤੁਰੇ ਆ ਦਸ਼ਰਥ ਕਹਿਦੀ ਐਸੀ ਨਿਗਾਹ ਚੜਿਆ ਜੀ ਮੁੜ ਕੇ ਨਾ ਮੁੜੇ ਆ ਦਸ਼ਰਥ ਕਹਿਦੀ ਐਸੀ ਨਿਗਾਹ ਚੜਿਆ ਮੁੜ ਕੇ ਨਾ ਮੁੜੇ ਆ ਬੂਟੇ ਜਿੱਡਾ ਹਿੱਕ ਚ ਸੁਰਾਖ ਹੋ ਗਿਆ ਜੀ ਗੋਲੀ ਲੱਗੀ ਵੀਰ ਨੂੰ ਬੂਟੇ ਜਿੱਡਾ ਹਿੱਕ ਚ ਸੁਰਾਖ ਹੋ ਗਿਆ ਗੋਲੀ ਲੱਗੀ ਵੀਰ ਨੂੰ ਬੌੜੀ 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 ਬਾਜਾ ਵਾਲਿਆ ਮੋੜੀ ਆਈ ਖੀਰ ਨੂੰ ਬੌੜੀ 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 ਬਾਜਾ ਵਾਲਿਆ ਮੋੜੀ ਆਈ ਖੀਰ ਨੂੰ ਆਈ ਖੀਰ ਨੂੰ ਸਭ ਆਈ ਖੀਰ ਨੂੰ ਨਿੱਕੀ ਭੈਣ ਹੁਣ ਨਹੀਂ ਉਹ ਜਿਦਾ ਕਰਦੀ ਮੰਗ ਦੀ ਪਟੋਲੇ ਨਾ ਨਿੱਕੀ ਭੈਣ ਹੁਣ ਨਹੀਂ ਉਹ ਜਿਦਾ ਕਰਦੀ ਮੰਗ ਦੀ ਪਟੋਲੇ ਨਾ ਗੋਲਿਆਂ ਦੀ ਆਵਾਜ਼ ਨਾਲ ਇੰਨਾ ਸਹਿਮਗੀ ਨੇਤਰ ਵੀ ਖੋਲੇ ਨਾ ਗੋਲਿਆਂ ਦੀ ਆਵਾਜ਼ ਨਾਲ ਇੰਨਾ ਸਹਿਮਗੀ ਨੇਤਰ ਵੀ ਖੋਲੇ ਨਾ ਹੋ ਕੇ ਹਾਵਿਆਂ 'ਚ ਛੱਡ ਗਈ ਜਹਾਨ ਜੀ ਕੋਸ ਤਕਦੀਰ ਨੂੰ ਹੋ ਕੇ ਹਾਵਿਆਂ 'ਚ ਛੱਡ ਗਈ ਜਹਾਨ ਜੀ ਕੋਸ ਤਕਦੀਰ ਨੂੰ ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ ਆਈ ਖੀਰ ਨੂੰ ਸਭ ਆਈ ਖੀਰ ਨੂੰ ਗਰਮੀ ਤਰੇ ਨਾ ਬੁਲੀ ਸੱਚੇ ਬਾਦਸ਼ਾਹ ਜੀ ਪੇਪੜੀਆਂ ਭੱਜੀਆਂ ਗਰਮੀ ਤਰੇ ਨਾ ਬੁਲੀ ਸੱਚੇ ਬਾਦਸ਼ਾਹ ਜੀ ਪੇਪੜੀਆਂ ਭੱਜੀਆਂ ਫੌਜੀਆਂ ਦੇ ਹੱਥੀ ਨਾਕਾਂ ਦੀਆਂ ਬੱਚੀਆਂ ਨਾ ਖੂਨ ਪੀਪੀ ਰੱਜੀਆਂ ਫੌਜੀਆਂ ਦੇ ਹੱਥੀ ਨਾਕਾਂ ਦੀਆਂ ਬੱਚੀਆਂ ਨਾ ਖੂਨ ਪੀਪੀ ਰੱਜੀਆਂ ਕੰਧੋਂ ਪਾਰ ਅੰਨੀਆਂ ਉਹ ਪਾਉਣ ਗੋਲੀਆਂ ਜੀ ਤਰਸੀਏ ਵੀਰ ਨੂੰ ਕੰਧੋਂ ਪਾਰ ਅੰਨੀਆਂ ਉਹ ਪਾਉਣ ਗੋਲੀਆਂ ਜੀ ਤਰਸੀਏ ਵੀਰ ਨੂੰ ਬੌੜੀ 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 ਬਾਜਾਂ ਵਾਲਿਆ ਗੋਲੀ ਆਈ ਖੀਰ ਨੂੰ ਬੌੜੀ 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 ਬਾਜਾਂ ਵਾਲਿਆ ਗੋਲੀ ਆਈ ਖੀਰ ਨੂੰ ਆਈ ਖੀਰ ਨੂੰ ਜੀ ਸਭ ਆਈ ਖੀਰ ਨੂੰ ਹੱਥ ਨਾ ਮੁਜੀਮਾ ਗੰਨ ਨਾਹੀ ਉੱਥੇ ਧੀਰੇ ਕੋਈ ਪੰਬ ਮਾਰੂ ਸੀ ਹੱਥ ਨਾ ਮਸੂਮਾ ਗੰਨ ਨਾਹੀ ਉੱਥੇ ਧੀਰੇ ਕੋਈ ਪੰਬ ਮਾਰੂ ਸੀ ਸੁੱਟ ਗਰਨੇਡ ਸੀ ਚੰਡਾਲ ਹੱਸਿਆ ਚਾਣ ਕੇ ਆ ਪਾਰੂ ਸੀ ਸੁੱਟ ਗਰਨੇਡ ਸੀ ਚੰਡਾਲ ਹੱਸਿਆ ਚਾਣ ਕੇ ਆ ਪਾਰੂ ਸੀ ਖੱਬਾ ਹੱਥ ਸੱਜੀ ਲੱਤ ਚੰਗੇ ਲੱਗ ਗਏ ਜੀ ਕਾਲ ਦੇ ਵਜ਼ੀਰ ਨੂੰ ਖੱਬਾ ਹੱਥ ਸੱਜੀ ਲੱਤ ਚੰਗੇ ਲੱਗ ਗਏ ਕਾਲ ਦੇ ਵਜ਼ੀਰ ਨੂੰ ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ ਬੌੜੀ 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 ਬਾਜਾਂ ਵਾਲਿਆ ਮੋੜੀ ਆਈ ਖੀਰ ਨੂੰ ਆਖਰੀ ਅੰਤਰਾ ਜੀ ਜਿਸ ਵਕਤ ਮੀਡੀਆ ਹਿੰਦੁਸਤਾਨ ਦੀ ਗੌਰਮੈਂਟ ਦੇ ਹੱਥ ਵਿੱਚ ਸੀ ਅਸੀਂ BBC ਤੋਂ ਖਬਰਾਂ ਸੁਣਦੇ ਰਹੇ ਹਾਂ ਜਿਹੜੇ ਬਾਹਰ ਵਾਲੇ ਅੰਦਰ ਵਾਲਿਆਂ ਦੀ ਕੋਈ ਮਦਦ ਨਹੀਂ ਕਰ ਸਕੇ ਪਰ ਜਿਹੜੇ ਅੰਦਰ ਵਾਲਿਆਂ ਦੇ ਆਖਰੀ ਵਿਚਾਰ ਸੀ ਪਤਾ ਹੀ ਸੀ ਅਸੀਂ ਇੱਥੋਂ ਨਹੀਂ ਨਿਕਲਣਾ
ਉਹਨਾਂ ਦੇ ਵਾਰ ਵਾਸਤੇ ਕੀ ਵਿਚਾਰ ਸਨ? ਲਾਸਟ ਅੰਤਰ ਜੀ ਬੀਬੀ ਸਿੰਘ ਸੋਹਣੇ ਕੰਗ ਤੇਰੇ ਅੱਥਰੂ ਉਹਨੂੰ ਦਿਓ ਮੱਤ ਜੀ, ਬੀਬੀ ਸਿੰਘ ਸੋਹਣੇ ਕੰਗ ਤੇਰੇ ਅੱਥਰੂ ਉਹਨੂੰ ਦਿਓ ਮੱਤ ਜੀ, ਜਾਵਰਾਂ ਦੇ ਕਿੰਜ ਪਾਜ ਨੇ ਉਗਾੜੀ ਬਾਕੀ ਸ਼ੁਕਮਤ ਜੀ, ਜਾਵਰਾਂ ਦੇ ਕਿੰਜ ਪਾਜ ਨੇ ਉਗਾੜੀ ਬਾਕੀ ਸ਼ੁਕਮਤ ਜੀ, ਮੌਕਾ ਮਿਲੇ ਲਿਖੇ ਕਿਤੇ ਸਾਡੀ ਵਾਰਤਾ ਹੀ ਰੱਖੇ ਤਿੱਖਾ ਤੀਰ ਨੂੰ, ਮੌਕਾ ਮਿਲੇ ਲਿਖੇ ਕਿਤੇ ਸਾਡੀ ਵਾਰਤਾ ਰੱਖੇ ਤਿੱਖਾ ਤੀਰ ਨੂੰ, ਮੋੜੀ 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 ਮਾਜਾਂ ਵਾਲਿਆ ਮੋੜੀ ਆਈ ਖੀਰ ਨੂੰ, ਮੋੜੀ 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 ਮਾਜਾਂ ਵਾਲਿਆ ਮੋੜੀ ਆਈ ਖੀਰ ਨੂੰ, ਆਈ ਖੀਰ ਨੂੰ ਸਭਾਈ ਖੀਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।